ਸਾਨੂੰ ਬੜਾ ਅਫਸੋਸ ਹੈ ਕਿ ਉਸ ਨੂੰ ਅਸੀਂ ਭਰਾ ਮਾਰੂ جنگ ਦੇ ਵਿੱਚ ਖਤਮ ਕਰ ਦਿੱਤਾ ਜਿਹੜੀਆਂ ਕੌਮਾਂ ਇਨਕਲਾਬ ਦੇ ਵਿੱਚ ਆਉਂਦੀਆਂ ਉਹਨਾਂ ਦੀ ਲੀਡਰਸ਼ਿਪ ਹੁੰਦੀ ਹੈ ਉਹਨਾਂ ਦੀ ਸਰਕਾਰ ਹੁੰਦੀ ਹੈ ਤੇ ਜਿਹੜੇ ਲੜਦੇ ਐ ਉਹਨਾਂ ਕੋਲੇ ਬੰਦੂਖਾਂ ਹੁੰਦੀ ਐ ਪਰ ਬੰਦੂਖ ਦਾ ਘੋੜਾ ਕਮੇਟੀ ਦੇ ਕੋਲੇ ਹੁੰਦਾ ਐ ਇਨਕਲਾਬੀ ਕਮੇਟੀ ਦੇ ਪਰ ਜਦੋਂ ਲੜਾਕੂਆਂ ਦੇ ਕੋਲੇ ਬੰਦੂਖ ਦਾ ਘੋੜਾ ਚੱਲਿਆ ਜਾਵੇ ਫਿਰ ਤੁਸੀਂ ਸਮਝ ਸਕਦੇ ਹੋ ਕਿ ਇਹ ਇਨਕਲਾਬ ਖਤਮ ਹੋ ਗਿਆ ਇਸੇ ਤਰ੍ਹਾਂ ਹੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸਾਡਾ ਰਾਜ ਗਿਆ ਕਿਉਂ ਕਰਕੇ ਉਹਨਾਂ ਲੋਕਾਂ ਦੇ ਕੋਲੇ ਬੰਦੂਕ ਦਾ ਘੋੜਾ ਚੱਲਿਆ ਗਿਆ ਜਿਹੜਾ ਕਿ ਉਸ ਰਾਜ ਨੂੰ ਸੰਭਾਲ ਨਹੀਂ ਸਕੇ ਹੈਗੇ ਸਾਹ ਹਰਮਿੰਦਰ ਸਿੰਘ ਸੰਤੂ ਜੀ ਸਾਡੀ ਕੌਮ ਨੂੰ ਬਹੁਤ ਦੇਣ ਹੈ ਇੰਨੇ ਨੇ ਫੰਚੇਤਾਂ ਬਣਾਈਆਂ ਪਿੰਡ-ਪਿੰਡ ਕਿ ਉਥੋਂ ਸਿੱਖ ਉੱਪਰ ਉੱਠਣਗੇ ਜਮੂਰੀਅਤ ਦੀ ਆਵਾਜ਼ ਦੇ ਰਹੇ ਅਸੀਂ ਆਪਣਾ ਲੈਦਾ ਦੇਸ਼ ਬਣਾਵਾਂਗੇ ਪਰ ਉਹ ਨਾ ਹੋ ਸਕਿਆ ਕਿਉਂ ਕਰਕੇ ਕਈ ਵਿਰੋਧੀਆਂ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਅਸੀਂ ਉਸ ਵੇਲੇ ਕਸ਼ਮੀਰ ਗਏ ਹੋਏ ਸੀਗੇ ਹਿੰਦੂ ਹਕੂਮਤ ਨੇ ਟੈਂਕ ਕੱਢਨੇ ਸੀਗੇ ਕਸ਼ਮੀਰੀਆਂ ਦੇ ਖਿਲਾਫ ਤੇ ਅਸੀਂ ਰਾਜਸਥਾਨ ਦੇ ਵਿੱਚ ਇਲੈਕਸ਼ਨਾਂ ਦਾ ਕੰਮ ਕਰ ਸਕਦੇ ਕਰਦੇ ਸੀ ਜੇ ਤੋਂ ਅਸੀਂ ਸੁਣਿਆ ਕਿ ਕਸ਼ਮੀਰ ਦੇ ਹਾਲਾਤ ਇੰਨੇ ਵਿਗੜ ਗਏ ਆ ਅਸੀਂ ਇਕਦਮ ਇਲੈਕਸ਼ਨ ਛੱਡ ਕੇ ਕਸ਼ਮੀਰ ਵੱਲ ਮੋ ਕੱਢ ਲਿਆ ਉੱਥੇ ਸਾਨੂੰ ਪਤਾ ਲੱਗਿਆ ਕਿ ਸਰਾ ਹਰਮਿੰਦਰ ਸਿੰਘ ਨੂੰ ਸਹੀਤ ਕੀਤਾ ਅਸੀਂ ਸਾਰੀ ਪਾਰਟੀ ਇੱਕਦਮ ਵਾਪਸੀ ਕੀਤੀ ਪਤਾ ਲਿਆ ਬੜਾ ਦੁੱਖ ਹੋਇਆ ਕਿ ਇਹੋ ਜੇ ਹੋਣ ਹਾਰ ਸਾਡੇ ਨੌਜਵਾਨ ਲੀਡਰ ਨੂੰ ਅਸੀਂ ਆਪ ਹੀ ਆਪਣੇ ਹੱਥੀਂ ਖਤਮ ਕਰ ਦੁੱਤਾ ਸ਼ਹੀਦ ਕਰ ਦੁੱਤਾ ਸੋ ਸਤਕਾਰਯੋਗ ਸਾਧ ਸੰਗਤ ਜੀ ਹੁਣ ਰੋਇਆ ਤਾਂ ਉਹਨਾਂ ਨੇ ਮੁਰਦਾ ਨਹੀਂ ਪਰ ਜਿਹੜੀ ਚੀਜ਼ ਉਹ ਸਾਨੂੰ ਸੋਚ ਦੇ ਕੇ ਗਿਆ ਜੇ ਉਹਦੇ ਤੇ ਅਪਾ ਚੱਲੀਏ ਤਾਂ ਮੈਂ ਸਮਝਦੇ ਹਾਂ ਕਿ ਸਾਡੀ ਕੌਮ ਅੱਗੇ ਨਿਕਲ ਸਕਦੀ ਹੈ ਸਾਡੀ ਕੌਮ ਛਾਲ ਤਾਂ ਮਾਰ ਦਿੰਦੀ ਆ ਪਰ ਛਾਲ ਮਾਰਨ ਤੋਂ ਪਹਿਲਾਂ ਇਹ ਨਹੀਂ ਸੋਚਦੀ ਕਿ ਕੰਡੇ ਤੇ ਪਹੁੰਚਾਂਗੇ ਕਿ ਨਹੀਂ ਇਸ ਤਰ੍ਹਾਂ ਪਿਛਲੀ ਸਦੀ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਦਾ ਰਾਜ ਸੀ ਗਾਂਧੀ ਤੇ ਨਰੂਨੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਸਾਡੀ ਕੌਮ ਦੇ ਲੀਡਰਾਂ ਨੂੰ ਵਰਗਲਾ ਲਿਆ ਤੇ ਕਿਹਾ ਕਿ ਤੁਸੀਂ ਸਾਡੇ ਹਿੰਦੂਆਂ ਦੇ ਨਾਲ ਲੱਗੋ ਤੇ ਤੁਹਾਨੂੰ ਆਜ਼ਾਦੀ ਤੋਂ ਬਾਅਦ ਇੱਕ ਇਹੋ ਜਿਹਾ ਕਿਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਪ੍ਰਸਾਦ ਸਿੰਘ ਜੀ ਇਹ ਸਾਡੇ ਆਗੂਆਂ ਨੂੰ ਪਤਾ ਨਹੀਂ ਸੀਗਾ ਕਿ 20ਵੀਂ ਸਦੀ ਦੇ ਵਿੱਚ ਜਮਹੂਰੀਅਤ ਦਾ ਯੁੱਗ ਹੈ ਇਤਨ ਨਫਰੀਦਨਾਰ ਸਰਕਾਰਾਂ ਬਣਦੀਆਂ ਬੰਦੂਕ ਦੀ ਗੋਲੀ ਦੇ ਨਾਲ ਨਹੀਂ ਪਰ ਜਿਹੜਾ ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਨੇ ਜੈਨ ਧਰਮ ਨੂੰ ਛੱਡ ਕੇ ਬੁੱਧ ਧਰਮ ਨੂੰ ਛੱਡ ਕੇ ਹਿੰਦੂ ਧਰਮ ਨੂੰ ਛੱਡ ਕੇ ਇਸਲਾਮ ਨੂੰ ਛੱਡ ਕੇ ਅਸਾਈ ਧਰਮ ਨੂੰ ਛੱਡ ਕੇ ਇੱਕ ਸਿੱਖ ਧਰਮ ਕੌਮ ਪੈਦਾ ਕੀਤੀ ਸੀ ਇਸ ਨੂੰ ਸਮਝ ਨਹੀਂ ਆਈ ਉਸ ਵੇਲੇ ਕਿ ਅਸੀਂ ਕਿਸੇ ਕੌਮ ਦੇ ਪਿੱਛੋਂ ਨਹੀਂ ਬਣ ਸਕਦੇ ਪਰ ਅਸੀਂ ਬਣੇ ਸਾਡੇ ਲੀਡਰਾਂ ਨੇ ਬਣਾਤਾ ਹੁਣ 1947 ਦੇ ਵਿੱਚ ਸਾਡੇ ਹਿੰਦੂ ਪ੍ਰਵਾਹ ਨੂੰ ਹਿੰਦੁਸਤਾਨ ਦਾ ਰਾਜ ਮਿਲਿਆ ਮੁਸਲਮਾਨਾਂ ਨੂੰ ਪਾਕਿਸਤਾਨ ਦਾ ਮੇਲਾ ਅਨੇੜੀ ਹੈ ਇਹ ਵੀ ਸਾਡਾ ਮੁਲਕ ਹੈ ਜਿਹੜੇ ਅਸੀਂ ਅੱਜ ਪਾਕਿਸਤਾਨ 'ਚ ਹੈ ਉੱਥੇ ਅਸੀਂ ਹਿੰਦੂ ਦੇ ਗੁਲਾਮ ਹੈ ਮੁਸਲਮਾਨ ਦੇ ਗੁਲਾਮ ਜਿਹੜੇ ਅਸੀਂ ਹਿੰਦੁਸਤਾਨ ਇੰਡੀਆ 'ਚ ਹੈ ਹਿੰਦੂ ਦੇ ਗੁਲਾਮ ਹੈ ਤਾਂ ਸਾਥ ਸੰਗਤ ਜੀ ਅਸੀਂ ਕਦੋਂ ਸੋਚਾਂਗੇ कि ਅਸੀਂ ਆਪਣਾ ਰਾਜ ਸਥਾਪਿਤ ਕਰਨਾ ਹੈ ਜਿਹੜਾ ਚਾਹੁੰਦੇ ਹੈ ਉਹਨਾਂ ਨੂੰ ਮਰਵਾ ਦਿੰਦੇ ਆ ਖਤਮ ਕਰ ਦਿੰਦੇ ਆ ਅੱਜ ਬਾਦ ਬੀਜਪੀ ਦੀ ਸਰਕਾਰ ਨੇ ਮੋਦੀ ਸਾਹਿਬ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਕੈਨੇਡਾ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣੇ ਤੇ ਪੰਜਾਬ ਦੇ ਵਿੱਚ ਸਾਡੇ ਜਿਹੜੇ ਲੀਡਰ ਐ ਉਹਨਾਂ ਨੂੰ ਗੋਲੀ ਦੇ ਨਾਲ ਮਰਵਾਉਣਾ ਸ਼ੁਰੂ ਕਰ ਦਿੱਤਾ ਐ ਇਤੋਂ ਜ਼ਿਆਦਾ ਘਟਿਆ ਗੱਲ ਕੀ ਹੋ ਸਕਦੀ ਐ ਕਿ ਅਸੀਂ ਇੱਕ ਦੇਸ਼ ਦੇ ਵਸਿੰਦੇ ਹੋਈਏ ਤੇ ਜਿਹੜੇ ਸਾਡੇ ਤੇ ਰਾਜ ਕਰਦੇ ਐ ਜੇ ਅਸੀਂ ਕੈਨੇਡਾ ਬ੍ਰਿਟਾਨੀਆ ਹੋਰ ਕਿਧਰੇ ਚਲੇ ਜਾਈਏ ਤਾਂ ਉਹ ਫੇਰ ਸਾਜਸਤਨਾਰ ਸਾਨੂੰ ਖਤਮ ਕਰਨਾ ਚਾਹੁੰਦੇ ਹੈ ਕਦੇ ਸੋਚਿਆ ਤੁਸੀਂ ਕਦੇ ਸੋਚਿਆ ਕਿ ਕਿਸੇ ਵੀ ਪੰਥਕ ਲੀਡਰ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਐਸ்சிਪੀਸੀ ਨੇ ਜਾਂ ਹੋਰ ਕਿਸ ਨੇ ਤੁਹਾਨੂੰ ਦੱਸਿਆ ਹੋਵੇ ਕਿ ਬਾਹਰ ਦੇ ਮੁਲਕਾਂ ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਬੀਜੇਪੀ ਮੋਦੀ ਸਾਹਿਬ ਨੇ ਸਿੱਖਾਂ ਦੇ ਕਤਲ ਕਰਾਉਣੇ ਸ਼ੁਰੂ ਕਰ ਦਿੱਤੇ ਆ ਅਮਰੀਕਾ ਨੇ ਰੋਸ ਕੀਤਾ ਉਹਨਾਂ ਨੇ ਕਿਹਾ ਕਿ ਜਿਹੜਾ ਅਸਲਾ ਹਿੰਦੁਸਤਾਨ ਨੂੰ ਚਾਹੀਦਾ ਅਸੀਂ ਉਹਨਾਂ ਚ ਨਹੀਂ ਦੇਣਾ ਜਿੰਨਾ ਚਿਰ ਤੁਸੀਂ ਜਿਹੜੇ ਕਾਤਲ ਸੀਗੇ ਸਾਨੂੰ ਪੇਸ਼ ਨਹੀਂ ਕਰਦੇ ਸੋਤ ਸ੍ਰੀ ਆਟ ਇੱਕ ਕੋਨਾ ਵਿੱਚੋਂ ਫੜ ਲਿਆ ਪ੍ਰਸਾਦ ਸਿੰਘ ਜੀ ਇਹ ਚੀਜ਼ ਕਿਉਂ ਨਹੀਂ ਸਾਡੇ ਆਗੂਆਂ ਦੇ ਮੂੰਹ ਤੋਂ ਨਿਕਲਦੀ ਕਿ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਸਾਡੇ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਗੋਲੀ ਦਾ ਨਸਣਾ ਬਣਾ ਕੇ ਉਹਨਾਂ ਨੂੰ ਖਤਲ ਕਰ ਰਹੀ ਹੈ ਫੇਰ ਆਪਾਂ ਲਈ ਲੱਗੇ ਸੇਵੇਂ ਪਾਤਸ਼ਾਹ ਨੇ ਸਾਨੂੰ ਰਾਜ ਭਾਗ ਦੀ ਨਿਸ਼ਾਨੀ ਦਿੱਤੀ ਕਿਰਪਾਨ ਮੋਗਲ ਰਾਜ ਦੇ ਵਿੱਚ ਕੋਈ ਗੈਰ ਮੁਸਲਮਾਨ ਕਿਰਪਾਨ ਨਹੀਂ ਸੀ ਚੱਕ ਸਕਦਾ ਘੋੜੇ ਦੀ ਸਵਾਰੀ ਨਹੀਂ ਸੀ ਕਰ ਸਕਦਾ ਸ਼িকার ਖੇਡ ਨੂੰ ਬਾਜ ਨਹੀਂ ਸੀ ਰੱਖ ਸਕਦਾ ਕਲਗੀ ਨਹੀਂ ਸੀ ਪਾ ਸਕਦਾ ਸਾਰੀਆਂ ਰਾਜ ਭਾਗ ਦੀਆਂ ਨਿਸ਼ਾਨੀਆਂ ਦਿੱਤੀਆਂ ਸਾਨੂੰ ਪਰ ਅਸੀਂ ਚਾੜੂ ਨੂੰ ਵਾਟਰਪਾਸਿੰਗ ਨੇ ਹੁਣ ਰਾਜ ਭਾਗ ਦੀ ਨਿਸ਼ਾਨੀ ਨੂੰ ਛੱਡ ਕੇ ਕਿੱਥੇ ਰਾਜ ਭਾਗ ਦੀ ਨਿਸ਼ਾਨੀ ਸ੍ਰੀ ਸਾਹਿਬ ਤੇ ਕਿੱਥੇ ਝਾੜੂ ਹੁਣ ਉੱਥੋਂ ਤੱਕ ਤਾਂ ਅਸੀਂ ਡਿੱਗ ਪਏ ਹੁਣ ਝਾੜੂ ਤੋਂ ਥੱਲੇ ਕਿਹੜੀ ਚੀਜ਼ ਆ ਕੀ ਅੱਗੇ ਹੁਣ ਇਲੈਕਸ਼ਨ ਆ ਰਹੇ ਆ ਆਪਾਂ ਉਸ ਚੈਨ ਨੂੰ ਫੜਨਾ ਜਿਹੜਾ ਝਾੜੂ ਤੋਂ ਵੀ ਦਮਦੀ ਚੀਜ਼ ਹੋਵੇ ਜਿਹੜੀਆਂ ਸਰਦਾਰੀਆਂ ਦਿੱਤੀਆਂ ਰਾਜ ਭਾਗ ਦਿੱਤੇ ਮਹਾਰਾਜ ਸੱਤੇ ਪਾਤਸ਼ਾਹ ਨੇ ਤੇ ਉਹਨਾਂ ਸਿੱਖੜ ਉਫੜ ਲੈਨੇ ਸੋ ਮੈਂ ਸੋਚਦੇ ਹਾਂ ਕਿ ਆਪਾਂ ਹੁਣ ਕਿਤਨਾ ਖਤੇ ਦਿਮਾਗ ਦੇ ਨਾਲ ਸੋਚੀਏ ਬਾਰਾਂ ਤਰੀਕ ਨੂੰ ਇਸੇ ਮਹੀਨੇ ਸੰਤ ਜਨੈਨ ਸਿੰਘ ਭਿੰਡੋਵਾਲਾ ਦਾ ਜਨਮ ਦਿਨ ਅਸੀਂ ਫਤਿਹਗੜ੍ਹ ਸਾਹਿਬ ਮਨਾ ਰਹੇ ਹਾਂ ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਵੱਡਾ ਕੱਟ ਕਰੋ ਜਿਵੇਂ મોદી ਨੇ ਯੋਧਿਆ ਦੇ ਵਿੱਚ ਰਾਮ ਮੰਦਰ ਦਾ ਕੀਤਾ ਕੀ ਹਿੰਦੂਤਵ ਨੂੰ ਵੀ ਪਤਾ ਲੱਗੇ ਕਿ ਸਿੱਖ ਆਪਣੀ ਆਜ਼ਾਦੀ ਤੇ ਲੈ ਦਾ ਮੁਲਕ ਚਾਹੁੰਦੇ ਆ ਬਾਹਰ ਦੇ ਮੁਲਕਾਂ ਨੂੰ ਵੀ ਪਤਾ ਲੱਗੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖ ਇਕੱਠੇ ਹੋ ਕੇ ਬਹੁਤ ਵੱਡੇ ਪ੍ਰਦਰਸ਼ਨ ਕਰਦੇ ਆ ਪਰ ਇੱਥੇ ਅੱਜ ਕਸਰ ਹੈ ਸਾਡੇ ਸੰਗਰੂਰ ਦੇ ਵਿੱਚ ਅੱਜ ਜਿਹੜੇ ਆਜ਼ਾਦੀ ਮੰਗਦੇ ਐ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਾਇਆ ਹੈ ਪੰਜਾਬ ਦੀ ਸਰਕਾਰ ਨੇ ਹੋਰ ਜ਼ੁਰਮ ਕੀਤੇ ਐ ਸੋ ਸਤਕਾਰਯੋਗ ਸਾਥ ਸਰ ਜੀ ਜੋ ਕੁਝ ਹਰਮਿੰਦਰ ਸਿੰਘ ਸੰਧੂ ਨੇ ਸਾਨੂੰ ਦਿੱਤਾ ਉਹ ਅਸੀਂ ਹੱਥ ਦੇ ਵਿੱਚ ਫੜੀਏ ਸਿੱਧੇ ਰਾਹ ਤੇ ਚੱਲੀਏ ਔਰ ਛਾਲ ਮਾਰਨ ਤੋਂ ਪਹਿਲਾਂ ਸੋਚੀਏ ਕਿ ਮੈਂ ਦੂਜੇ ਕੰਡੇ ਤੇ ਲਗੂਗਾ ਕਿ ਨਹੀਂ ਲਗੂਗਾ ਸੋ ਮੈਂ ਆਸ ਕਰਦੇ ਕਿ 12 ਤਰੀਕ ਨੂੰ ਆਪਾਂ ਵੱਡਾ ਇਕੱਠ ਸੰਤ ਜਨੈਲ ਸਿੰਘ ਪਿੰਡਵਾਲੇ ਦੇ ਜਨਮ ਦਿਨ ਤੇ ਫਤਿਹਗੜ ਸਾਹਿਬ ਕਰਾਂਗੇ ਇਹਨਾਂ ਸ਼ਬਦਾਂ ਦੇ ਨਾਲ ਆਪ ਤੋਂ ਅੱਗੇ ਮੰਗਦੇ ਔਰ ਆਸ ਕਰਦੇ ਕਿ ਹਰਮਿੰਦਰ ਸਿੰਘ ਸੰਧੂ ਦੇ ਪਰਿਵਾਰ ਨੂੰ ਇਹਨਾਂ ਦੇ ਭਰਾਵਾਂ ਨੂੰ ਸਾਰੇ ਨੂੰ ਮਹਾਰਾਜ ਸਾਹਿਬ ਸ਼ਾਂਤੀ ਬਖਸ਼ਣਗੇ ਔਰ ਆਪਣੇ ਫਿਰ ਉਹਨੇ ਵਿੱਚ ਆਪਣੀ ਜਗਾ ਜੋ ਬਣਦੀ ਹੈ ਉਹ ਦੇਣਗੇ ਇਹਨਾਂ ਸ਼ਤਮ ਦੇ ਨਾਲ ਫਤਿਹ ਅਰਜ਼ ਕਰਦੇ